ਦੋਸਤੋ ਆ ਦੇਖਦੇ ਪਏ ਹੋਣੇ ਤੁਸੀਂ, ਇਹ ਟਰੈਕਟਰ ਆ 1993 ਜਾਂ 92 ਮਾਡਲ ਆ ਜੀ। ਇਹਦੇ ਪਿੱਛੇ ਜੀ 11 ਫਾਲੀ ਹੱਲ ਪਾਇਆ ਹੋਇਆ ਵਾ, ਕੱਦੂ ਕਰਨ ਨਏ ਆ, ਪਿੱਛੇ ਸੁਹਾਗਾ ਨਹੀਂ ਪਾਇਆ ਜੀ ਇਸ ਟਾਈਮ, ਇਹਦੇ ਇਕੱਲਾ ਹੱਲ ਹੀ ਪਾਇਆ ਹੋਇਆ ਵਾ, ਟਾਇਰ ਆ। ਬਾਕੀ ਜੀ ਆ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ, ਟਾਪੇ ਟੂਪੇ ਸਾਈਡਾਂ 'ਤੇ ਨਹੀਂ ਹੈਗੇ, ਲੇਕਿਨ ਉਹਦੀ ਕੋਈ ਖੈਰ ਆ ਕੋਈ ਗੱਲ ਨਹੀਂ। ਲੇਕਿਨ ਟਰੈਕਟਰ ਜੀ ਮਾਸ਼ਾਅੱਲਾ ਇਹ ਬੜਾ ਫਰਕਣ ਵਾਲਿਆਂ ਦਾ ਹੈਗਾ ਵਾ, ਬੜਾ ਤਾਕਤਵਰ ਆ, ਬੜਾ ਫਿੱਟ ਨਿਕਲਿਆ ਜੀ ਇਹ ਸੈਕ। ਇਹ ਜੀ ਬਿਲਕੁਲ ਇਹਨਾਂ ਨਵਾਂ ਨਹੀਂ ਲਿਆ ਸੀਗਾ, ਚੱਲਦਾ ਹੋਇਆ ਹੀ ਲਿਆ ਸੀ ਟਰੈਕਟਰ, ਇਹ ਯੂਜ 'ਚ ਲਿਆ ਸੀਗਾ ਉਦੋਂ ਦਾ। ਮਾਸ਼ਾਅੱਲਾ ਜੀ ਇਹ ਫਿੱਟ ਚੱਲ ਰਿਹਾ ਬਿਲਕੁਲ। ਦੋਸਤੋ ਟਾਇਰ ਤੈਨੂੰ ਵੱਡੇ ਹੀ ਸੀਗੇ, ਲੇਕਿਨ ਉਹ ਵੱਡੇ ਟਾਇਰ ਇੱਕ ਹੋਰ ਨਵੀਂ ਗੱਡੀ 385 ਆ ਉਹਨੂੰ ਪਾਏ ਹੋਏ ਆ, ਅਤੇ ਉਹਦੇ ਟਾਇਰ ਲਾ ਕੇ ਇਹਨੂੰ ਪਾਏ ਹੋਏ ਆ। ਉਹ ਹੈਗਾ ਲਿਜ ਦੇ ਕਿਰਾਅ 'ਤੇ ਚੱਲਦਾ, ਉਹ ਉਹਨੂੰ ਪਾਏ ਆ ਵੱਡੇ ਟਾਇਰ, ਉਹਦੇ ਛੋਟੇ ਟਾਇਰ ਇਹਨੂੰ ਪਾਏ ਆ। ਬਾਕੀ ਤੁਸੀਂ ਦੇਖਦੇ ਪਏ ਗੋਭਾ ਕਰਨ ਨੇ ਜੀ, ਝੋਨਾ ਇੱਥੇ ਬੀਜਣ ਲੱਗੇ ਆ, ਪਿੱਛੇ ਦੇ ਹੱਲ ਪਾਏ ਜਿਹਨੂੰ ਦੱਸਿਆ ਵਾ, ਸੁਹਾਗਾ ਸੁਹਾਗਾ ਕੋਈ ਨਹੀਂ ਪਾਇਆ ਇਹਦੇ ਪਿੱਛੇ। ਬਾਕੀ ਜੀ ਕੋਈ ਸਲਿਪ ਨਹੀਂ ਗੀ, ਸਲਿਪ ਕੋਈ ਨਹੀਂ ਹੋ ਰਿਹਾ, ਟਾਇਰ ਜਾਂ ਅਗਲੇ ਟਾਇਰ ਜਾਂ ਸਲਿਪ ਹੋ ਰਹੇ ਹੁੰਦੇ ਆ, ਸਲਿਪ ਕਰ ਰਹੇ ਹੁੰਦੇ ਆ, ਉਹੋ ਜਿਹਾ ਕੋਈ ਮਸਲਾ ਨਹੀਂ ਗਾ। ਇਹ ਟਰੈਕਟਰ ਅਸੀਂ ਦੋਸਤੋ ਪਹਿਲੇ ਵੀਡੀਓ ਲੈ ਕੇ ਆਏ ਸੀਗੇ, ਚੀਜ਼ਰ ਮਾਰਦੇ ਤੁਹਾਨੂੰ ਦਿਖਾਇਆ ਸੀ ਇਸ ਟਰੈਕਟਰ ਦੀ ਕਾਰਗਰਦੀ ਦਿਖਾਈ ਸੀਗੀ। ਅੱਜ ਅਸੀਂ ਇਸ ਟਰੈਕਟਰ ਦੇ ਯਾਨੀ ਕਿ ਦਿਖਾ ਰਹੇ ਹਾਂ ਜਿਹੜਾ ਗੋਭਾ ਕਰਦੇ ਗੋਭਾ ਕਰਨ ਡੇ ਹਾਂ, ਉਹਦੇ ਤੁਹਾਨੂੰ ਇਹਦੀ ਕਾਰਗਰਦੀ ਦਿਖਾ ਰਹੇ ਹਾਂ। ਦੋਸਤੋ ਤੁਸੀਂ ਅੱਜ ਦੇਖਿਆ ਇਸ ਟਰੈਕਟਰ ਦੀ ਕਾਰਗਰਦਗੀ ਦੇਖੀ ਆ। ਦੋਸਤੋ ਜਿਹੜਾ ਤੁਹਾਨੂੰ ਮੈਂ 375 ਟਰੈਕਟਰ ਸੀ ਆ ਇਹ ਦੱਸਿਆ ਸੀ ਤੁਹਾਨੂੰ ਮੈਂ, 1992-93 ਤੁਹਾਨੂੰ ਮਾਡਲ ਦੱਸਿਆ ਸੀਗਾ। ਗੋਭਾ ਕਰ ਤੁਹਾਨੂੰ ਮੈਂ ਟਰੈਕਟਰ ਦੀ ਅੱਜ ਕਾਰਗਰਦਗੀ ਦਿਖਾਈ ਆ, ਅਤੇ ਮੈਂ ਉਮੀਦ ਕਰਦਾ ਤੁਹਾਨੂੰ ਇਹਦੀ ਕਾਰਗਰਦ ਅੱਛੀ ਲੱਗੀ ਹੋਏਗੀ, ਅਤੇ ਮਜ਼ੀਦ ਤੁਸੀਂ ਰਾਏ ਆਪਣੀ ਥੱਲੇ ਕਮੈਂਟਸ ਬੋਕਸ ਸਾਨੂੰ ਜ਼ਰੂਰ ਦਿਓ, ਅਤੇ ਨਾਲ ਇੱਦਾਂ ਦੇ ਹੋਰ ਮਜ਼ੀਦ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਜਿਹੜਾ ਬੈੱਲ ਆਈਕੋਨ ਦਾ ਬਟਨ ਆ ਉਹਨੂੰ ਪ੍ਰੈਸ ਕਰ ਲਈਓ, ਤਾਂ ਕਿ ਅੱਗੇ ਇੱਦਾਂ ਦਾ ਹੋਰ ਮਜ਼ੀਦ ਵੀਡੀਓ ਤੁਸੀਂ ਦੇਖਦੇ ਰਹੋ। ਅਗਲੀ ਵੀਡੀਓ ਸਾਨੂੰ ਦਿਓ ਹੁਣ ਇਜਾਜ਼ਤ, ਓਕੇ, ਅੱਲਾ ਹਾਫਿਜ਼।